ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮ ਅਲੈਕਮ। ਅੱਜ ਅਸੀਂ ਆਏ ਹਾਂ ਸਬਜ਼ੀਆਂ ਵਾਲੇ ਖੇਤਾਂ 'ਚ ਦੁਬਾਰਾ। ਇਹ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇੱਥੇ ਕਿਹੜੀ ਕਿਹੜੀ ਸਬਜ਼ੀ ਦਾ ਅੱਜ ਕੱਲ੍ਹ ਜ਼ਿਆਦਾ ਜ਼ੋਰ ਹੈ, ਕਿਸ ਕਿਸ ਸਬਜ਼ੀ ਦੀ ਭਰਮਾਲੀ ਹੈ, ਔਰ ਕਿਹੜੀ ਸਬਜ਼ੀ ਹਲੇ ਲੱਗੀ ਹੈ ਅਤੇ ਤਿਆਰ ਨਹੀਂ ਹੋਈ, ਇਹ ਅਸੀਂ ਤੁਹਾਨੂੰ ਦੱਸਦੇ ਹਾਂ। ਤੁਸੀਂ ਸਾਡੀ ਮੁਕੰਮਲ ਵੀਡੀਓ ਦੇਖੋ, ਅਗਰ ਵੀਡੀਓ ਪਸੰਦ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਨਾਲ ਜਿਹੜਾ ਬੈੱਲ ਦਾ ਬਟਨ ਆ ਉਹਨੂੰ ਵੀ ਕਲਿੱਕ ਕਰ ਲਿਓ, ਤਾਂ ਕਿ ਸਾਡੀਆਂ ਸਭ ਆਉਣ ਵਾਲੀਆਂ ਬਾਹਰ ਵਾਲੀਆਂ ਵੀਡੀਓ ਤੁਹਾਡੇ ਤੱਕ ਬਆਸਾਨੀ ਪਹੁੰਚ ਜਾਣ, ਔਰ ਤੁਸੀਂ ਇਹ ਮਜ਼ੇਦਾਰ ਜਿਹੀਆਂ ਵੀਡੀਓ ਦੇਖ ਕੇ ਤਾਂ ਆਪਣਾ ਦਿਲ ਪਰਚਾਉਂਦੇ ਰਹੋ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਖੇਤਾਂ 'ਚ ਸਬਜ਼ੀਆਂ ਵਾਲਿਆਂ 'ਚ ਆਏ ਹਾਂ, ਇੱਥੇ ਕਿਹੜੀ ਕਿਹੜੀ ਸਬਜ਼ੀ ਹੈ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਇਹ ਨੇ ਜੀ ਮਟਰ। ਇਹ ਅਲਹਮਦੁਲਿਲ੍ਲਾ ਮਟਰ ਸਬਜ਼ੀ ਹੈ, ਇਹ ਹਲੇ ਤਿਆਰ ਨਹੀਂ ਹੋਏ, ਬੂਟੇ ਮਾਸ਼ਾਅੱਲਾ ਵੇਲਾਂ ਬਣ ਗਈਆਂ ਨੇ, ਫਲ ਲੱਗਦਾ ਪਿਆ, ਦੇਖੋ ਕਿੰਨੇ ਸੋਹਣੇ ਫੁੱਲ ਲੱਗੇ ਦੇ ਨੇ, ਫਲ ਲੱਗਦਾ ਪਿਆ ਇਹਨਾਂ ਨੂੰ, ਇਹ ਛੋਟੀਆਂ ਛੋਟੀਆਂ ਫਲੀਆਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਇਹ ਇਨਸ਼ਾਅੱਲਾ ਤਕਰੀਬਨ ਕੋਈ 15 ਦਿਨਾਂ ਤੱਕ ਮਟਰ ਲੱਥਣ ਵਾਲੇ ਹੋ ਜਾਣਗੇ, ਤਾਂ ਤੁਹਾਨੂੰ ਜ਼ਰੂਰ ਮਟਰ ਲਾ ਕੇ ਇੱਥੋਂ ਤਾਜ਼ੇ ਖੜ ਕੇ ਪਕਾ ਕੇ ਵਿਲੇਜ ਫੂਡ ਪੰਜਾਬ ਚੈਨਲ 'ਤੇ ਅਸੀਂ ਇਹ ਤੁਹਾਨੂੰ ਵਹਾਵਾਂਗੇ। ਔਰ ਇਹਨਾਂ ਨੂੰ ਪਾਣੀ, ਇਹ ਬਾਰਿਸ਼ ਦਾ ਪਾਣੀ ਹੈ, ਇਹ ਜਿਹੜਾ ਖਾਲੀ ਵਿੱਚ ਪਾਣੀ ਹੈ ਇਹ ਬਾਰਿਸ਼ ਦਾ ਪਾਣੀ ਹੈ। ਇਹਨਾਂ ਸਬਜ਼ੀਆਂ ਨੂੰ ਨਾਰਮਲ ਪਾਣੀ ਦੀ ਜ਼ਰੂਰਤ ਹੁੰਦੀ ਹੈ, ਜ਼ਿਆਦਾ ਪਾਣੀ ਇਹਨਾਂ ਨੂੰ ਨਹੀਂ ਲਾਇਆ ਜਾਂਦਾ। ਇਹ ਮਟਰਾਂ ਦੇ ਬੀਜ ਲੱਗਦੇ ਨੇ, ਇੱਕ ਇੱਕ ਦੋ ਦੋ ਬੀਜ ਲੱਗਦਾ ਹੈ, ਅਤੇ ਤੁਹਾਨੂੰ ਪਤਾ ਕਿ ਜ਼ਿਮੀਂਦਾਰਾਂ ਦੀ ਮਿਹਨਤ ਮਾਸ਼ਾਅੱਲਾ ਕਿੰਨੀ ਕੁ ਹੁੰਦੀ ਹੈ। ਇੱਕ ਇੱਕ ਬੀਜ ਜਿਹੜਾ ਉਹ ਲਾਉਣਾ ਹੁੰਦਾ ਵੱਟਾਂ ਦੇ ਉੱਤੇ, ਉਹ ਬੀਆਂ ਦੇ ਫਿਰ ਨਿੱਕੇ 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 ਅੰਗੂਰ ਨਿਕਲ ਕੇ, ਅਤੇ ਫਿਰ ਇਹ ਵੇਲਾਂ ਜਿਹੜੀਆਂ ਨੇ ਇਹ ਬਣਦੀਆਂ ਨੇ। ਫਿਰ ਜਦੋਂ ਇਹ ਵੇਲਾਂ ਬਣ ਜਾਂਦੀਆਂ ਨੇ ਤਾਂ ਫਿਰ ਇਹਨਾਂ ਨੂੰ ਫਲ ਲੱਗਦਾ। ਇਹ ਫਲ ਮਾਸ਼ਾਅੱਲਾ ਇਕੱਲੇ ਬੰਦੇ ਦੀ ਤਾਂ ਪੇਸ਼ ਨਹੀਂ ਜਾਂਦੀ ਕਿ ਇੱਕ ਦੋ ਜੀ ਇਹਨੂੰ ਤੋੜ ਕੇ ਅਤੇ ਮੰਡੀ ਲੈ ਜਾਏ। ਇਹ ਫਲ ਹੈ ਜਿਹੜਾ ਇਹ ਫਿਰ ਤੜਾਈ ਦੇ ਉੱਤੇ ਤੜਾਇਆ ਜਾਂਦਾ, ਪੈਸੇ ਦੇ ਕੇ ਦਿਹਾੜੀ ਦੇ ਉੱਤੇ ਬੰਦਾ ਰੱਖ ਲਵੋ, ਜਾਂ ਮਤਲਬ ਬੀਬੀਆਂ ਵੀ ਤੋੜ ਲੈਂਦੀਆਂ ਨੇ ਦਿਹਾੜੀ 'ਤੇ, ਇਹ ਉਹਨਾਂ ਕੋਲੋਂ ਤੁੜਵਾਏ ਜਾਂਦੇ ਨੇ ਮਟਰ, ਫਿਰ ਇਹਨਾਂ ਨੂੰ ਮੰਡੀ ਖੜਿਆ ਜਾਂਦਾ। ਹੁਣ ਅਸੀਂ ਤੁਹਾਨੂੰ ਦੱਸਣੇ ਆ ਮੂਲੀਆਂ। ਮੂਲੀਆਂ ਦਾ ਇਸ ਵਕਤ ਕਿੰਨਾ ਕੁ ਰੂਜ ਹੈ, ਔਰ ਕਿੰਨੀਆਂ ਕੇ ਮਾਸ਼ਾਅੱਲਾ ਚੱਲਦੀਆਂ ਨੇ ਪਈਆਂ, ਇਹਨਾਂ ਦੀ ਸਹੀ ਭਰਮਾਲੀ ਆ ਮੂਲੀਆਂ ਦੀ ਇਸ ਵਕਤ। ਇਹ ਜਿਹੜਾ ਪਾਣੀ ਹੈ ਖਾਲੀ ਦੇ ਵਿੱਚ, ਇਹ ਪਾਣੀ ਹੈ ਮੂਲੀਆਂ ਧੋਣ ਵਾਸਤੇ। ਇਹ ਦੇਖੋ, ਇਹ ਮਾਸ਼ਾਅੱਲਾ ਮੂਲੀਆਂ ਪੁੱਟ ਕੇ ਇਹ ਖਾਲੀ ਦੇ ਵਿੱਚ ਧੋ ਕੇ ਅਤੇ ਇਹ ਤਿਆਰ ਕੀਤੀਆਂ ਗਈਆਂ ਨੇ। ਇਹਨਾਂ ਨੂੰ ਹੁਣ ਮੰਡੀ ਖੜਨਗੇ ਭਾਈ ਹੋਰੀ, ਮੰਡੀ ਖੜਨੀਆਂ ਨੇ ਇਸ ਤਰ੍ਹਾਂ ਗੱਠਾਂ ਦੇ ਵਿੱਚ ਬੰਨ ਕੇ, ਇਸ ਤਰ੍ਹਾਂ ਗੱਠਾਂ ਦੇ ਵਿੱਚ ਬੰਨ ਕੇ ਤਾਂ ਮੂਲੀਆਂ ਮੰਡੀ ਖੜੀਆਂ ਜਾਂਦੀਆਂ ਨੇ। ਇਹ ਦੇਖੋ, ਇਹ ਵੀ ਮਾਸ਼ਾਅੱਲਾ ਮੂਲੀਆਂ ਨੇ, ਮੂਲੀਆਂ ਦੀ ਅਲਹਮਦੁਲਿਲਾ ਇਹਨਾਂ ਦਿਨਾਂ ਦੇ ਵਿੱਚ ਭਰਮਾਲੀ ਹੈ, ਸਹੀ ਰੂਜ ਹੈ। ਮੂਲੀਆਂ, ਗੋਂਗਲੂ, ਪਾਲਕ ਅਤੇ ਗੋਭੀ, ਇਸ ਸਬਜ਼ੀ ਦਾ ਇਹ ਹੁਣ ਤੁਸੀਂ ਵੇਖ ਹੀ ਜਾਓ। ਇਹ ਹੁਣ ਅਸੀਂ ਤੁਹਾਨੂੰ ਹੋਰ ਵੀ ਚੀਜ਼ਾਂ, ਤਾਜ਼ਾ ਤਾਜ਼ਾ ਸਬਜ਼ੀਆਂ ਔਰ ਇਹਨਾਂ ਪੈਲੀਆਂ ਦੇ ਵਿੱਚ ਜੋ ਬੀਜਿਆ ਜਾਂਦਾ ਉਹ ਵੀ ਤੁਹਾਨੂੰ ਅਸੀਂ ਦੱਸਣੇ ਹਾਂ ਨਾਲ ਨਾਲ, ਔਰ ਤੁਹਾਨੂੰ ਸੈਰ ਕਰਾਉਂਦੇ ਹਾਂ ਆਪਣੇ ਪਿੰਡ ਦੀਆਂ ਖੇਤਾਂ ਦੀ। ਵੀਡੀਓ ਮੁਕੰਮਲ ਦੇਖੋ, ਅਗਰ ਵੀਡੀਓ ਪਸੰਦ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਨਾਲ ਜਿਹੜਾ ਬੈੱਲ ਦਾ ਬਟਨ ਹੈ ਉਹਨੂੰ ਵੀ ਕਲਿੱਕ ਕਰ ਲਿਓ, ਤਾਂ ਕਿ ਸਾਡੀਆਂ ਆਉਣ ਵਾਲੀਆਂ ਚੰਗੀਆਂ ਤੋਂ ਚੰਗੀਆਂ ਵੀਡੀਓ ਤੁਹਾਡੇ ਤੱਕ ਬਆਸਾਨੀ ਪਹੁੰਚ ਜਾਣ। ਅੱਲਾਹ ਪਾਕ ਤੁਹਾਨੂੰ ਸਭ ਨੂੰ ਖੁਸ਼ ਰੱਖੇ। ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਖੇਤਾਂ ਦੇ ਵਿੱਚ ਕਣਕ ਬੀਜੀ ਦੀ। ਇਸ ਸਾਈਡ 'ਤੇ ਜਿਹੜੇ ਖੇਤ ਨੇ ਇਹਨਾਂ ਦੇ ਵਿੱਚ ਸਬਜ਼ੀ ਬੀਜੀ ਜਾਂਦੀ ਆ, ਔਰ ਜਿਹੜੇ ਇਸ ਸਾਈਡ 'ਤੇ ਖੇਤ ਨੇ ਇਹਨਾਂ ਦੇ ਵਿੱਚ ਕਾਸ਼ਤਕਾਰੀ ਕੀਤੀ ਜਾਂਦੀ ਹੈ ਫਸਲਾਂ ਦੀ। ਇਹ ਹੁਣ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇੱਧਰ ਕਿਹੜੀ ਕਿਹੜੀ ਫਸਲ ਹੈ ਜਿਹੜੀ ਉਹ ਸਹੀ ਹੁੰਦੀ ਹੈ, ਕਿਉਂਕਿ ਜ਼ਿਆਦਾ ਜਿਹੜੀਆਂ ਜ਼ਮੀਨਾਂ ਹੁੰਦੀਆਂ ਨੇ ਮੈਰੇ, ਉਹਨਾਂ ਦੇ ਵਿੱਚ ਕਣਕ ਔਰ ਉਸ ਤੋਂ ਇਲਾਵਾ
ਪੱਠੇ ਪੁੱਠੇ ਜਿਹੜੇ ਨੇ ਉਹ ਸਹੀ ਹੁੰਦੇ ਨੇ। ਮਾਂ ਹੋ ਗਏ, ਬਾਜਰੇ ਹੋ ਗਏ, ਕਣਕ ਹੋ ਗਈ, ਅਲਹਮਦੁਲਿਲਾ ਫਸਲਾਂ ਠੀਕ ਹੁੰਦੀਆਂ ਨੇ। ਮੁੰਜੀ ਆ ਜਿਹੜੀ ਉਹ ਰੋਈਆਂ ਵਿੱਚ ਹੁੰਦੀ ਆ। ਹੁਣ ਅੱਗੇ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਇੱਥੇ ਕਣਕ ਜਿਹੜੀ ਬੀਜੀ ਦੀ ਆ ਇਹ ਜਿਹੜੀ ਜ਼ਮੀਨ ਹੈ ਇਸ ਖੇਤ ਦੇ ਵਿੱਚ ਕਣਕ ਬੀਜੀ ਗਈ ਦੀ ਹੈ। ਇਹਨਾਂ ਪੈਲੀਆਂ ਨੂੰ ਵਾਹ ਕੇ ਸਹੀ ਜਦੋਂ ਵੱਤਰ ਵਿੱਚ ਹੁੰਦੀਆਂ ਨੇ ਉਦੋਂ ਪੈਲੀ ਵਾਹ ਕੇ ਸੁਹਾਗਾ ਮਾਰਨਾ, ਸੁਹਾਗਾ ਮਾਰ ਕੇ ਅਤੇ ਫਿਰ ਅਸੀਂ ਇਹਦੇ ਵਿੱਚ ਪਾਉਣਾ ਬੀ ਮਸਾਲਾ ਰਲਾ ਕੇ ਕਣਕ ਅਤੇ ਬੀ ਪਾਉਣਾ ਡੀ ਏ ਪੀ ਸੋਨਾ ਯੂਰੀਆ, ਇਹ ਤਿੰਨੇ ਚੀਜ਼ਾਂ ਰਲਾ ਕੇ ਉਹ ਅਸੀਂ ਬੀ ਪਾਉਣਾ। ਤੁਹਾਨੂੰ ਅਸੀਂ ਬੀ ਪਾਉਂਦੇ ਹਾਂ, ਕਣਕ ਬੀਜਦਿਆਂ ਵੀ ਤੁਹਾਨੂੰ ਜ਼ਰੂਰ ਇਨਸ਼ਾਅੱਲਾ ਦਿਖਾਵਾਂਗੇ ਕਿ ਕਿਸ ਤਰ੍ਹਾਂ ਬੀਜੀ ਜਾਂਦੀ ਹੈ। ਇਹ ਉਹ ਕਣਕ ਉੱਗੀ ਦੀ ਜਦੋਂ ਬੀ ਖਿਲਾਰ ਲੈਣਾ ਫਿਰ ਉਸ ਤੋਂ ਬਾਅਦ ਇਹ ਵੱਟਾਂ ਪਾਈਆਂ ਜਾਣੀਆਂ ਨੇ, ਟਰੈਕਟਰ ਦੇ ਨਾਲ ਹੱਲ ਹੈ ਅਤੇ ਉਹਦੇ ਨਾਲ ਵੱਟਾਂ ਪਾਈਆਂ ਜਾਂਦੀਆਂ ਨੇ। ਇਹ ਤੁਸੀਂ ਦੇਖ ਸਕਦੇ ਹੋ ਕਿ ਮਾਸ਼ਾਅੱਲਾ ਕਿੰਨੀ ਕੁ ਸੋਹਣੀ ਕਣਕ ਉੱਗੀ ਦੀ ਆ। ਇਹ ਬਾਰਿਸ਼ ਹੋ ਗਈ ਹੈ, ਬਾਰਿਸ਼ ਹੋਣ ਦੇ ਨਾਲ ਕਣਕ ਥੋੜ੍ਹੀ ਘੱਟ ਜੰਮੀ ਹੈ, ਨਹੀਂ ਤਾਂ ਬਾਰਿਸ਼ ਨਾ ਹੁੰਦੀ ਤਾਂ ਇਨਸ਼ਾਅੱਲਾ ਕਣਕ ਬਹੁਤ ਜ਼ਿਆਦਾ ਜੰਮਣੀ ਸੀ। ਚਲੋ ਫਿਰ ਵੀ ਅੱਲਾਹ ਤਾਲਾ ਦਾ ਸ਼ੁਕਰ ਹੈ, ਲੱਖਾਂ ਦੇ ਕਰੋੜਾਂ ਵਾਰੀ ਫਸਲ ਇਨਸ਼ਾਅੱਲਾ, ਇੱਕ ਬਾਰਿਸ਼ ਹੋਰ ਪਈ ਤਾਂ ਫਸਲ ਇਨਸ਼ਾਅੱਲਾ ਠੀਕ ਹੋ ਜਾਣੀ ਹੈ। ਕੁਛ ਲੋਕ ਨੇ ਹਲੇ ਉਹਨਾਂ ਦੀਆਂ ਪੈਲੀਆਂ ਵੱਤਰ ਨਹੀਂ ਆਈਆਂ, ਉੱਤੋਂ ਬਾਰਿਸ਼ ਪੈ ਗਈ ਆ, ਵੱਤਰ ਲੇਟ ਹੋ ਗਿਆ, ਉਹ ਕਣਕਾਂ ਹਲੇ ਬੀਜੀਆਂ ਜਾਣੀਆਂ ਨੇ। ਜਦੋਂ ਉਹ ਕਣਕਾਂ ਬਜਾਉਣਗੀਆਂ ਅਸੀਂ ਇਨਸ਼ਾਅੱਲਾ ਤੁਹਾਨੂੰ ਜ਼ਰੂਰ ਕਣਕ ਬੀਜ ਕੇ ਵਹਾਵਾਂਗੇ। ਇਹ ਜੀ ਸਟਾਲਾ ਬੀਜਿਆ ਦਾ, ਇਹ ਜਾਨਵਰਾਂ ਦਾ ਅਚਾਰਾ ਇਹਨੂੰ ਕਹਿੰਦੇ ਨੇ ਉਰਦੂ ਜ਼ਬਾਨ 'ਚ, ਲੇਕਿਨ ਅਸੀਂ ਆਪਣੀ ਜ਼ਬਾਨ 'ਚ ਕਹਿੰਦੇ ਇਹਨੂੰ ਸਟਾਲਾ। ਇਹ ਸਟਾਲਾ ਆ ਔਰ ਇਹ ਸਰੋਂ ਹੈ ਵਿੱਚ, ਜਿਹਦਾ ਅਸੀਂ ਸਾਗ ਵੀ ਪਕਾ ਕੇ ਅਤੇ ਤੁਹਾਨੂੰ ਦੱਸਣਾ ਵਿਲੇਜ ਫੂਡ ਪੰਜਾਬ ਚੈਨਲ 'ਤੇ ਸਾਗ ਔਰ ਬਾਜਰੇ ਦੇ ਢੋਡੇ ਬਣਾ ਕੇ ਦੱਸਣੇ ਨੇ। ਇਹ ਉਹ ਸਰੋਂ ਹੈ, ਇਹ ਹਲੇ ਪੱਤੇ ਨੇ, ਹਲੇ ਗੰਦਲਾਂ ਨਹੀਂ ਬਣੀਆਂ। ਜਦੋਂ ਹੀ ਗੰਦਲਾਂ ਇਹਦੀਆਂ ਬਣੀਆਂ ਅਤੇ ਇਨਸ਼ਾਅੱਲਾ ਅਸੀਂ ਜ਼ਰੂਰ ਸਾਗ ਤੋੜ ਕੇ ਇੱਥੋਂ ਅਤੇ ਤੁਹਾਨੂੰ ਪਕਾ ਕੇ ਦੱਸਾਂਗੇ। ਇਹ ਜਿਹੜਾ ਚਾਰਾ ਇਹ ਡੰਗਰਾਂ ਵਾਸਤੇ ਆ, ਜਿਨ੍ਹਾਂ ਲੋਕਾਂ ਨੇ ਮੱਝਾਂ ਗਾਈਆਂ ਜਾਨਵਰ ਐਕੜੇ ਰੱਖੇ ਨੇ ਉਹਨਾਂ ਵਾਸਤੇ ਆ। ਇਹ ਇੱਧਰ ਬੰਨਿਆਂ ਦੇ ਉੱਤੇ ਉੱਗਦੀ ਹੈ, ਬਹੁਤ ਆਮ ਹੁੰਦੀ ਹੈ। ਇਹ ਹੈ ਜੜੀ ਬੂਟੀ, ਇਹ ਜਦੋਂ ਸੁੱਕ ਜਾਂਦੀ ਹੈ ਤਾਂ ਇਹਨੂੰ ਵੱਢ ਕੇ ਇਹ ਸਾਡੇ ਲੋਕਾਂ ਦੇ ਬਾਲਣ ਦੇ ਕੰਮ ਵੀ ਆਉਂਦੀ ਆ। ਬਾਲਣ ਦੇ ਕੰਮ ਹੀ ਆ ਸਕਦੀ ਹੈ, ਹੋਰ ਤਾਂ ਕਿਸੇ ਕੰਮ ਨਹੀਂ ਆਉਂਦੀ, ਲੇਕਿਨ ਬਾਲਣ ਇਹਦਾ ਬਹੁਤ ਅੱਛਾ ਬਲਦਾ, ਲੋਹਾਂ ਥੱਲੇ ਵੀ ਔਰ ਚੁੱਲ੍ਹਾਂ 'ਚ ਵੀ ਇਹਦੀ ਅੱਗ ਸਹੀ ਬਲਦੀ ਹੈ। ਅਤੇ ਜਿਹੜਾ ਬੰਨੇ ਤੱਕ ਆ ਬੂਟ ਹੁੰਦਾ, ਡੰਗਰਾਂ ਵਾਸਤੇ ਪੱਠੇ ਪੁੱਠੇ ਵੱਢ ਲਈਦਾ ਜਦੋਂ ਕਿਤੇ ਜ਼ਰੂਰਤ ਪਏ। ਇਹ ਜਿਹੜੀ ਚੀਜ਼ ਹੈ ਇਹ ਹੈ ਬਰੂ, ਇਹ ਬਰੂ ਹੈ, ਇਹ ਸਾਡੇ ਕਿਸ ਕੰਮ ਆਉਂਦਾ, ਮਤਲਬ ਕਿ ਕੋਈ ਵੀ ਚੀਜ਼ ਹੈ ਜਿਹੜੀ ਪੈਲੀਆਂ ਦੇ ਵਿੱਚ ਉੱਗਦੀ ਹੈ, ਅੱਲਾ ਦੀ ਜ਼ਾਤ ਆਪਣਾ ਫਜ਼ਲੋ ਕਰਮ ਕਰੇ, ਸੋਹਣੇ ਰੱਬ ਦਾ ਕਰਮ ਹੈ ਕਿ ਕੋਈ ਵੀ ਚੀਜ਼ ਹੈ ਨਾ ਖੇਤਾਂ ਵਿੱਚ ਉੱਗਦੀ ਹੈ ਅਤੇ ਉਹ ਬੇਕਾਰ ਨਹੀਂ ਹੁੰਦੀ, ਸਿਰਫ ਤੋਂ ਸਿਰਫ ਇੱਕ ਜੜੀ ਬੂਟੀ ਹੈ। ਇਹ ਜਿਹੜਾ ਨਾ ਇਹ ਆ ਬਰੂ, ਇਹਦੀਆਂ ਅਸੀਂ ਲੋਕ ਬੋਕਰਾਂ ਬਣਾਉਂਦੇ ਹਾਂ ਬਾਹਰੀਆਂ, ਠੀਕ ਹੈ। ਇਹ ਜਦੋਂ ਸੁੱਕ ਜਾਂਦਾ ਇਹਦੇ ਬਲੂ ਘੇਰ ਕੇ ਨਾਲ ਇਸ ਤਰ੍ਹਾਂ ਇੰਝ ਕਰਕੇ ਲਾ ਲਈਦਾ, ਇਹ ਅਸੀਂ ਬਾਹਰੀਆਂ ਬਣਾ ਲੈਣੀਆਂ ਹੁੰਦੀਆਂ ਨੇ, ਠੀਕ ਹੈ। ਔਰ ਇਹ ਜਿਹੜੀ ਜੜੀ ਹੈ ਤੁਹਾਨੂੰ ਦੱਸੀ ਅੱਗੇ ਵੀ ਜੜੀ ਬੂਟੀ, ਇਹ ਸੁੱਕ ਜਾਏ ਤਾਂ ਇਹ ਸਾਨੂੰ ਲੋਕਾਂ ਨੂੰ ਬਾਲਣ ਦੇ ਕੰਮ ਆਉਂਦੀ ਹੈ, ਠੀਕ ਹੈ। ਇਹ ਇਸ ਤਰ੍ਹਾਂ ਸੁੱਕ ਕੇ ਮਛੀਟੀਆਂ ਵਾਂਗ ਹੋ ਜਾਂਦੀ ਹੈ, ਇੰਝ ਤੋੜ ਕੇ ਅਤੇ ਇਕੱਠੀ ਕਰਕੇ ਤਾਂ ਫਿਰ ਅਸੀਂ ਲੈ ਜਾਣੀ ਹੁੰਦੀ ਹੈ ਬਾਲਣ ਵਾਸਤੇ, ਠੀਕ ਹੈ। ਹੁਣ ਹਰ ਕਿਸੇ ਦੀ ਗੈਸ ਨਹੀਂ ਲੱਗੀ ਦੀ, ਜਿਨ੍ਹਾਂ ਦੀ ਨਹੀਂ ਗੈਸ ਲੱਗੀ ਦੀ ਉਹਨਾਂ ਵੀ ਤਾਂ ਰੋਟੀ ਪਕਾਉਣੀ ਹੈ ਨਾ। ਅੱਛਾ ਅੱਗੇ ਇਹ ਚੀਜ਼ ਹੈ, ਅੱਗੇ ਇਹ ਚੀਜ਼ ਹੈ, ਇਹਨੂੰ ਅਸੀਂ ਕਹਿੰਦੇ ਹਾਂ ਆਪਣੀ ਜ਼ਬਾਨ 'ਚ ਪੁੱਟ ਕੰਡਾ। ਇਹਦੇ ਕੰਡੇ ਜਿਹੜੇ ਨੇ ਇਹ ਉਲਟੀ ਸਾਈਡ ਨੂੰ ਹੁੰਦੇ ਨੇ, ਇਹ ਦੇਖੋ ਇਹ ਜਿਹੜੇ ਕੰਡੇ ਨੇ ਇਹਦੇ ਇਹ ਉਲਟੀ ਸਾਈਡ ਨੂੰ ਹੁੰਦੇ ਨੇ। ਜਦੋਂ ਵੀ ਕਿਸੇ ਚੀਜ਼ ਨਾਲ ਚੰਬੜਨਗੇ ਇਹਨਾਂ ਨੇ ਉਲਟੀ ਸਾਈਡ ਨੂੰ ਚੰਬੜਨਾ। ਇਹ ਕੰਡਾ ਜਿਹੜਾ ਇਹ ਚੁੱਭਦਾ ਵੀ ਬਹੁਤ ਜ਼ਹਿਰੀਲਾ ਔਰ ਇਹ ਕਿਸ ਕੰਮ ਆਉਂਦਾ, ਇਹਦਾ ਬਹੁਤ ਸਾਰਾ ਫਾਇਦਾ। ਆਮ ਜਗ੍ਹਾ ਤੋਂ ਕਿਤੋਂ ਨਜ਼ਦੀਕੋਂ ਤਾਂ ਮਿਲਦਾ ਨਹੀਂ, ਇਹ ਦੂਰ ਦੂਰ ਪੈਲੀਆਂ ਦੇ ਬੰਨਿਆਂ 'ਤੇ ਹੋਏਗਾ। ਇਹਦਾ ਇਹ ਫਾਇਦਾ ਆ, ਅਗਰ ਕਿਸੇ ਬੱਚੇ ਨੂੰ ਗੋਤੇ ਵਾਲੀ ਖਾਂਸੀ ਲੱਗਦੀ ਹੈ, ਇਹ ਸਿੱਟੇ ਜਿਹੜੇ ਨੇ ਇਹਦੇ, ਇਹ ਜਿਹੜਾ ਇਹਦਾ ਇਹਨੂੰ ਅਸੀਂ ਆਖਦੇ ਹਾਂ ਸਿੱਟਾ। ਇਹ ਇੱਥੋਂ ਰੱਖ ਕੇ ਤੋੜ ਲੈਣਾ ਕੂਲੀ ਡਾਹਣੀ ਤੋਂ, ਇੱਥੋਂ ਇਸ ਤਰ੍ਹਾਂ ਇਹਨੂੰ ਤੋੜ ਲੈਣਾ ਨਕਸ਼ਾਰਾ। ਜਦੋਂ ਇਹਨੂੰ ਤੋੜ ਲੈਣਾ
ਇਸ ਤਰ੍ਹਾਂ ਸਿੱਟੇ ਕੋਈ 5-7 ਤੋੜ ਕੇ ਅਤੇ ਕਾਰ ਲੈ ਜਾਣੇ ਨੇ, ਖਾੜ ਕੇ ਇਹਨਾਂ ਨੂੰ ਤਵੇ 'ਤੇ ਰੱਖ ਕੇ ਇਸ ਤਰ੍ਹਾਂ ਉੱਤੇ ਮਿੱਟੀ ਦਾ ਪਿਆਲਾ ਮੂੰਹਦਾ ਮਾਰਨਾ ਜਾਂ ਚੱਪਣੀ ਮੂੰਹਦੀ ਮਾਰਨੀ ਆ। ਜਦੋਂ ਇਹਨੂੰ ਸੜ ਜਾਣਾ ਸਹੀ ਤਰ੍ਹਾਂ, ਇਹਨੂੰ ਪੀਸ ਕੇ ਇੰਝ ਕਰਕੇ ਭੋਰ ਕੇ ਅਤੇ ਇਹਦੇ ਵਿੱਚ ਚੀਨੀ ਮਿਕਸ ਕਰਨੀ ਹੈ। ਉਹ ਇਨਸ਼ਾਅੱਲਾ 2-3 ਚੁੰਡੀਆਂ ਬੱਚੇ ਨੂੰ ਚਟਾ ਦੇਵੋ, ਗੋਤੇ ਵਾਲੀ ਖਾਂਸੀ ਦਾ ਨਾਮੋ ਨਿਸ਼ਾਨ ਖਤਮ ਹੋ ਜਾਏਗਾ। ਇਹਨਾਂ ਚੀਜ਼ਾਂ ਦੇ ਵਿੱਚ ਮਾਸ਼ਾਅੱਲਾ ਇੰਨੀਆਂ ਕੁ ਸ਼ਿਫਾਵਾਂ ਨੇ ਕਿ ਕੋਈ ਵੀ ਚੀਜ਼ ਜ਼ਮੀਨਾਂ ਦੇ ਵਿੱਚ ਉੱਗਦੀ ਹੈ ਉਹਦਾ ਫਾਇਦਾ ਜ਼ਰੂਰ ਹੁੰਦਾ। ਇਹ ਸੀ ਜੀ ਸਾਡੀ ਅੱਜ ਦੀ ਵੀਡੀਓ। ਉਮੀਦ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੈਗੀ। ਅਗਰ ਵੀਡੀਓ ਪਸੰਦ ਆਈ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਨਾਲ ਜਿਹੜਾ ਬੈਲ ਦਾ ਬਟਨ ਹੈ ਉਹਨੂੰ ਵੀ ਕਲਿੱਕ ਕਰ ਲਿਓ, ਤਾਂ ਕਿ ਸਾਡੀਆਂ ਚੰਗੀਆਂ ਤੋਂ ਚੰਗੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਔਰ ਤੁਸੀਂ ਵੇਖਦੇ ਰਹੋ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਦੋਸਤਾਂ ਨਾਲ, ਫੈਮਿਲੀ ਮੈਂਬਰ ਨਾਲ। ਕਮੈਂਟਸ ਕਰਕੇ ਜ਼ਰੂਰ ਦੱਸਿਓ ਕਿ ਜਿਹੜੀ ਬਾਹਰ ਵਾਲੀ ਵੀਡੀਓ ਤੁਹਾਨੂੰ ਬਣਾ ਕੇ ਅਸੀਂ ਦੱਸੀ ਹੈ ਸਬਜ਼ੀਆਂ ਦੇ ਬਾਰੇ, ਔਰ ਇਹ ਜਿਹੜੇ ਖੇਤਾਂ ਦੇ ਵਿੱਚ ਕਾਸ਼ਤਕਾਰੀ ਕਰਦੇ ਨੇ ਅਸੀਂ ਲੋਕ ਜ਼ਿਮੀਂਦਾਰ, ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ। ਅੱਲਾਹ ਪਾਕ ਤੁਹਾਨੂੰ ਸਭ ਨੂੰ ਖੁਸ਼ ਰੱਖੇ, ਸਾਨੂੰ ਵਿਧਵਾਵਾਂ ਜੀ ਯਾਦ ਰੱਖਿਓ ਦੁਆਵਾਂ ਦੇ ਨਾਲ ਨਾਲ, ਸਾਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਤੱਕ। ਅੱਲਾਹ ਹਾਫਿਜ਼।